ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਪਹਿਲਾਂ ਪੇਸ਼ ਨੇ ਝੋਣਮੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਦੌਰਾਨ ਯੂਕਰੇਨ ਸੰਕਟ ਸਮੇਤ ਵੱਖ-ਵੱਖ ਮੁੱਦਿਆਂ ਦੀ ਜਾਣਕਾਰੀ ਦਿੱਤੀ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਜੰਗੀ ਪੱਧਰ ਤੇ ਚਲਾਇਆ ਜਾ ਰਿਹਾ ਹੈ ਆਪਰੇਸ਼ਨ ਗੰਗਾ 2000 ਦੇ ਕਰੀਬ ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ ਮਹਾ ਸ਼ਿਵਰਾਤਰੀ ਮੌਕੇ ਮੰਦਰਾਂ ਵਿੱਚ ਤੜਕਸਾਰ ਤੋਂ ਹੀ ਰੌਣਕਾਂ ਸ਼ਰਧਾਲੂ ਕਰ ਰਹੇ ਨੇ ਭਗਵਾਨ ਸ਼ਿਵ ਦੀ ਪੂਜਾ ਫੌਜ ਦੀ ਵਜਰਾਕੌਰ ਨੇ ਆਪਣੀ 72ਵੀਂ ਵਰੇਗਣ ਮਨਾਈ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਰਾਸ਼ਟਰਪਤੀ ਨੂੰ ਯੂਕਰੇਨ ਸੰਕਟ ਸਮੇਤ ਵੱਖ-ਵੱਖ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ। ਕੱਲ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਪਰੇਸ਼ਨ ਗੰਗਾ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੱਚਾ ਸਰਕਾਰੀ ਅមਲਾ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ ਕਿ ਯੂਕਰੇਨ ਵਿੱਚ ਫਸੇ ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਹੋਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਖ-ਵੱਖ ਮੁਲਕਾਂ ਵਿੱਚ ਵਿਸ਼ੇਸ਼ ਦੂਤਵਜੋਂ ਚਾਰ ਸੀਨੀਅਰ ਮੰਤਰੀਆਂ ਨੂੰ ਭੇਜਣ ਨਾਲ ਲੋਕਾਂ ਨੂੰ ਸੁਰੱਖਿਅਤ ਲਿਆਉਣ ਦੇ ਯਤਨਾਂ ਵਿੱਚ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਸਰਕਾਰ ਇਸ ਮਾਮਲੇ ਨੂੰ ਕਿੰਨੀ ਪਹਿਲ ਦੇ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਸੂਦੇਵ ਕੁਟੰਬਕਮ ਦੇ ਮੰਤਰ ਮੁਤਾਬਕ ਹੀ ਭਾਰਤ ਯੂਕਰੇਨ ਵਿੱਚ ਫਸੇ ਤੇ ਮਦਦ ਦੀ ਰਾਹ ਦੇਖਦੇ ਗੁਆਂਢੀ ਮੁਲਕਾਂ ਅਤੇ ਵਿਕਾਸਸ਼ੀਲ ਮੁਲਕਾਂ ਦੇ ਲੋਕਾਂ ਦੀ ਵੀ ਮਦਦ ਕਰੇਗਾ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੇ ਕੰਮ ਵਿੱਚ ਮਦਦ ਲਈ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਰਵਾਨਾ ਹੋ ਗਏ ਨੇ ਇੱਕ ਟਵੀਟ ਸੁਨੇਹੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦੌਰੇ ਦਾ ਮੰਤਵ ਦੇਸ਼ ਦੇ ਨੌਜਵਾਨ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣਾ ਹੈ ਕੇਂਦਰੀ ਮੰਤਰੀ ਜਨਰਲ ਵੀ ਕੇ ਸਿੰਘ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਸਰਕਾਰੀ ਯਤਨਾਂ ਵਿੱਚ ਤੇਜ਼ੀ ਲਿਆਉਣ ਲਈ ਪੋਲੈਂਡ ਪੁੱਜ ਰਹੇ ਨੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਣ ਦੇ ਕੰਮ ਤੇ ਨਜ਼ਰ ਰੱਖਣ ਲਈ ਪੋਲੈਂਡ ਵਿੱਚ ਭਾਰਤੀ ਰਾਜਦੂਤ ਵੀ ਸਰਹੱਦ ਨੇੜੇ ਮੌਜੂਦ ਨੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਕੱਲ ਪੋਲੈਂਡ ਦੇ ਵਿਦੇਸ਼ ਮੰਤਰੀ ਨਾਲ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਬਾਰੇ ਗੱਲਬਾਤ ਕੀਤੀ ਸੀ ਸੂਤਰਾਂ ਮੁਤਾਬਕ ਇਸ ਗੱਲਬਾਤ ਵਿੱਚ ਪੋਲੈਂਡ ਦੀ ਸਰਹੱਦ ਤੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੇ ਹਾਲਾਤ ਵਿੱਚ ਸੁਧਾਰ ਹੋਇਆ ਹੈ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਜੂ ਵੀ ਸਲਵਾਕੀਆਂ ਲਈ ਰਵਾਨਾ ਹੋ ਗਏ ਨੇ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਲਿਆਉਣ ਲਈ ਕੇਂਦਰ ਸਰਕਾਰ ਵੱਲੋਂ ਆਪਰੇਸ਼ਨ ਗੰਗਾ ਨੂੰ ਜੰਗੀ ਪੱਧਰ ਤੇ ਚਲਾਇਆ ਜਾ ਰਿਹਾ ਹੈ ਹੁਣ ਤੱਕ ਯੂਕਰੇਨ ਤੋਂ 2000 ਦੇ ਕਰੀਬ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਚੁੱਕਿਆ ਹੈ ਸਪਾਈਸ ਜੱਟ ਨੇ ਵੀ ਸਲੋਵਾਕੀਆ ਲਈ ਆਪਣਾ ਇੱਕ ਜਹਾਜ਼ ਭੇਜਿਆ ਹੈ ਜਿਸ ਵਿੱਚ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਰੇਸ਼ਨ ਗੰਗਾ ਤੇ ਨੇੜਿਓਂ ਨਜ਼ਰ ਰੱਖ ਰਹੇ ਨੇ ਆਪਰੇਸ਼ਨ ਗੰਗਾ ਦੀ 9ਵੀਂ ਉਡਾਨ ਅੱਜ ਰូមਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਨਵੀਂ ਦਿੱਲੀ ਪੁੱਜੀ ਇਸ ਉਡਾਨ ਵਿੱਚ 218 ਭਾਰਤੀ ਨਾਗਰਿਕਾਏ ਯੂਕਰੇਨ ਤੋਂ ਵਿਦਿਆਰਥੀਆਂ ਤੇ ਹੋਰ ਭਾਰਤੀ ਨਾਗਰਿਕਾਂ ਨੂੰ ਆਪਰੇਸ਼ਨ ਗੰਗਾ ਤਹਿਤ ਵਾਪਸ ਲਿਆਉਣ ਦੇ ਯਤਨਾਂ ਨੂੰ ਵਧਾਉਣ ਦੇ ਮੰਤਵ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਵਾਈ ਫੌਜ ਨੂੰ ਵੀ ਇਸ ਆਪਰੇਸ਼ਨ ਨਾਲ ਜੁੜਨ ਲਈ ਆਖਿਆ ਹੈ ਸੂਤਰਾਂ ਮੁਤਾਬਕ ਹਵਾਈ ਫੌਜ ਦੇ ਜਹਾਜ਼ਾਂ ਦੇ ਆਪਰੇਸ਼ਨ ਗੰਗਾ ਵਿੱਚ ਸ਼ਾਮਲ ਹੋਣ ਨਾਲ ਭਾਰਤੀਆਂ ਦੀ ਵਾਪਸੀ ਦੀ ਪ੍ਰਕਿਰਿਆ ਹੋਰ ਜ਼ੋਰ ਫੜ ਲਵੇਗੀ ਅਤੇ ਉਨ੍ਹਾਂ ਦੀ ਵਾਪਸੀ ਆਉਣ ਦੀ ਗਿਣਤੀ ਵੀ ਵੱਧ ਜਾਵੇਗੀ ਸੂਤਰਾਂ ਨੇ ਕਿਹਾ ਕਿ ਇਸ ਨਾਲ ਭਾਰਤ ਤੋਂ ਭੇਜੀ ਜਾ ਰਹੀ ਰਾਹਤ ਸਮਗਰੀ ਵੀ ਹੋਰ ਛੇਤੀ ਉੱਥੇ ਲੋਕਾਂ ਤੱਕ ਪਹੁੰਚੇਗੀ ਸੂਤਰਾਂ ਨੇ ਸਿਆਕੀ ਭਾਰਤੀ ਹਵਾਈ ਫੌਜ ਦੇ ਕਈ C-17 ਜਹਾਜ਼ ਅੱਜ ਸ਼ਾਮ ਆਪਰੇਸ਼ਨ ਗੰਗਾ ਤਹਿਤ ਆਪਣੀ ਉਡਾਨ ਸ਼ੁਰੂ ਕਰ ਸਕਦੇ ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਸਮੇਤ ਸਾਰੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਕੀਵ ਛੱਡਣ ਦੀ ਸਲਾਹ ਦਿੱਤੀ ਹੈ ਟਵੀਟ ਸੁਨੇਹੇ ਵਿੱਚ ਦੂਤ ਘਰ ਨੇ ਰੇਲ ਗੱਡੀਆਂ ਜਾਂ ਹੋਰ ਮੁਹੱਈਆ ਸਾਧਨਾ ਰਾਹੀਂ ਕੀਵ ਸ਼ਹਿਰ ਛੱਡਣ ਲਈ ਆਖਿਆ ਹੈ ਇਸ ਦੌਰਾਨ ਭਾਰਤੀ ਦੂਤਖਾਨ ਵੱਲੋਂ ਵਿਦਿਆਰਥੀਆਂ ਸਮੇਤ ਹੋਰ ਨਾਗਰਿਕਾਂ ਦੀ ਸਹੂਲਤ ਲਈ ਕਈ ਇੰਤਜ਼ਾਮ ਕੀਤੇ ਗਏ ਨੇ ਯੂਕਰੇਨ ਤੋਂ ਰូមਾਨੀਆ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਹੱਦ ਤੇ ਠਹਿਰਾਉਣ ਲਈ ਕੈਂਪ ਬਣਾਏ ਗਏ ਨੇ ਵਿਦਿਆਰਥੀ ਇਨ੍ਹਾਂ ਕੈਂਪਾਂ ਵਿੱਚ ਰੁੱਕ ਕੇ ਰਾਹਤ ਮਹਿਸੂਸ ਕਰ ਰਹੇ ਨੇ ਇਸ ਦੇ ਨਾਲ ਹੀ ਬੁਡਾਪੇਸਟ ਸਮੇਤ ਬੁਖਾਰੈਸਟ ਤੋਂ ਵਿਦਿਆਰਥੀਆਂ ਨੂੰ ਜਹਾਜ਼ ਰਾਹੀਂ ਵਾਪਸ ਲਿਆਉਣ ਦਾ سلسلہ ਲਗਾਤਾਰ ਚੱਲ ਰਿਹਾ ਹੈ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵਿਦਿਆਰਥੀ ਤੇ ਹੋਰ ਲੋਕ ਸ਼ਲਾਗਾ ਕਰ ਰਹੇ ਨੇ है रोमानिया और यहाँ पर जब हम पह पहुँचे उसके बाद से बहुत बढ़िया ट्रीट किया यहाँ के जो खाने वगैरह के लिए जो भी चीज़ चाहिए हमको जो भी प्रोडक्ट चाहिए कंबल वग़ैरह ठंडी में सेल्टर के लिए तो बहुत बढ़िया अरेंजमेंट है और इन्होंने जो सारी चीज़ें जो हमने इनसे मांगा है वो फटाफट अरेंज करके भी ये लोग दे रहे हैं इधर हम अभी भी एवेक्ट होकर आए हैं और अभी रोमानिया बॉर्डर की साइड पर है मतलब रोमानिया और हमको एवेक्ट होने में पूरा पाँच दिन लगा है और देखिए वेकेशन होना ये नहीं है कि बहुत ज़्यादा इम्पॉसिबल या बहुत टफ है लेकिन ये है कि आपको पेशेंस रखना पड़ेगा और बहुत पेशेंस के साथ आहिस्ता आहिस्ता सब काम हो जाएगा बट आप वेकेट हो जाओगे और इसमें मैं एम्बेसी का बहुत ज़्यादा थैंक्स करना चाहूँगा क्योंकि मेरे जितने भी कॉन्टेक्ट थे कुछ वहाँ पर जो और लोग हैं उनसे मैंने बहुत कॉन्टेक्ट किया कि आप मेरी हेल्प कर दो निकालने में क्योंकि लेकिन कोई काम नहीं आ पाया मेरे से ला, लास्ट में ऑप्शन ये था कि मैंने एम्बेसी में कॉन्टेक्ट किया और बस फिर मैं दस घंटे के अंदर अंदर ही वहाँ से वेक्रेट हो गया था रोमानिया बॉर्डर से एग्जिट करना थोड़ा सा तकलीफ दायक है जैसे कि मुझे दो रातें लगी और इस दो रातों में मैंने बहुत माइनस टे, टेम्परेचर था और स्नोफॉल भी हुआ वो मैंने चेरा लेकिन ये जरूरी था क्योंकि मुझे यूक्रेन से एग्जिट करने के लिए एक यही एक चारा मुझे दिख रहा था और दूसरी बात थी खाने की कोई वहाँ पर कोई दिक्कत नहीं है खाने में बहुत सारे वॉल्टियर्स वहाँ पे हैं जो आपको खाने में आपको खिचड़ी मिल जाएगा कटलेट मिल जाएगा बहुत सारी चीजें मिल जाएगी ब्रेड व्रेड उसकी चिंता ਆਜ਼ਾਦੀ ਦਾ ਅਮਰਤ ਮਹਾਉਤਸਵ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਆਜ਼ਾਦੀ ਕੋਲਾਟੀਏ ਵਸੰਤ ਦਾਦਾ ਪਾਟੇਲ ਸੋਹਣ ਲਾਲ ਦੇਵੇਦੀ ਨੌਹਾਲ ਸਿੰਘ ਅਤੇ ਮਹਾਰਾਣੀ ਔਰੇਨ ਬਾਰੇ ਜਾਣਕਾਰੀ ਦੇ ਰਹੇ ਹਾਂ ਅੱਜ ਦੀ ਇਸ ਲੜੀ ਚ ਅਸੀਂ ਆਜ਼ਾਦੀ ਕੁਲਾਟੀਏ ਵਸੰਤ ਦਾਦਾ ਪਾਟਿਲ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦਾ ਦੇਹਾਂਤ ਪਹਿਲੀ ਮਾਰਚ 1999 ਨੂੰ ਹੋਇਆ ਸੀ 13 ਨਵੰਬਰ 1917 ਨੂੰ ਮਹਾਰਾਸ਼ਟਰ ਦੇ ਸਾਗਲੀ ਚ ਜਨਮੇ ਵਸੰਤ ਦਾਦਾ ਪਾਟਲ ਸਰਦਾਰ ਪਟੇਲ ਅਤੇ ਨੇਤਾਜੀ ਸੁਭਾਚੰਦਰ ਬੋਸ ਤੋਂ ਬੜੇ ਪ੍ਰਭਾਵਿਤ ਸਨ ਭਾਵੇਂ ਕਿ ਉਹ ਸੱਤਿਆਗ੍ਰਹਿ ਦੇ ਗਾਂਧੀਵਾਦੀ ਦਰਸ਼ਨ ਵਿੱਚ ਵਿਸ਼ਵਾਸ ਕਰਦੇ ਸਨ ਪਰ ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਸਿਰਫ ਸੱਤਿਆਗ੍ਰਹਿ ਮੋਰਚੇ ਜਾਂ ਜਨ ਅੰਦੋਲਨਾਂ ਨਾਲ ਆਜ਼ਾਦੀ ਨਹੀਂ ਮਿਲੇਗੀ ਉਹ ਕ੍ਰਾਂਤੀਕਾਰੀ ਗਤੀਵਿਧੀਆਂ ਨਾਲ ਵੀ ਜੁੜੇ ਰਹੇ ਬਰਤਾਨੀ ਸਰਕਾਰ ਨੇ ਉਹਨਾਂ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਕੀਤੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਵਿਨੋਭਾ ਭਾਵੇ ਦੇ ਵਿਅਕਤੀਗਤ ਸਤੇਗ੍ਰਹਿ ਮਗਰੋਂ ਵਸੰਤ ਦਾਦਾ ਪਾਟਲ ਸਤੇਗ੍ਰਹੀ ਬਣ ਗਏ ਆਜ਼ਾਦੀ ਮਗਰੋਂ 1976 ਤੋਂ 1985 ਵਿਚਾਲੇ ਵਸੰਤ ਦਾਦਾ ਪਾਟਲ ਤਿੰਨ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਅਸੀਂ ਇਸ ਮਹਾਨ ਰਾਸ਼ਟਵਾਦੀ ਨੂੰ ਨਮਨ ਕਰਦੇ ਹਾਂ ਅੱਜ ਅਸੀਂ ਸਵਤੰਤਰਤਾ ਸੈਨਾਨੀ ਤੇ ਕਵੀ ਮੋਹਨ ਲਾਲ ਦਿਵੇਦੀ ਨੂੰ ਵੀ ਯਾਦ ਕਰ ਰਹੇ ਹਾਂ ਜਿਨ੍ਹਾਂ ਦਾ ਦੇਹਾਂਤ ਪਹਿਲੀ ਮਾਰਚ 1988 ਨੂੰ ਹੋਇਆ ਸੀ। ਰਾਸ਼ਟਵਾਦੀ ਕਵੀ ਦੇ ਰੂਪ ਚ ਮਸ਼ਹੂਰ ਦਿਵੇਦੀ ਮਹਾਤਮਾ ਗਾਂਧੀ ਤੋਂ ਬੜੇ ਪ੍ਰਭਾਵਿਤ ਸਨ। ਸੋਹਨ ਲਾਲ ਦਿਵੇਦੀ ਦਾ ਜਨਮ 22 ਫਰਵਰੀ 1906 ਨੂੰ ਉੱਤਰ ਪ੍ਰਦੇਸ਼ ਦੇ ਫਤਿਹਪੁਰ ਵਿੱਚ ਹੋਇਆ ਸੀ। ਉਹਨਾਂ ਨੂੰ ਯੁਗ ਅਵਤਾਰ ਗਾਂਧੀ ਸਮੇਤ ਦੇਸ਼ ਭਗਤੀ ਨਾਲ ਭਰਪੂਰ ਕਵਿਤਾਵਾਂ ਲਈ ਜਾਣਿਆ ਜਾਂਦਾ ਹੈ। ਜਿਸ ਕੇ ਸਿਰ ਪਰ ਨਿਜ ਹੱਥ ਧਰਾ ਜਿਸ ਕੇ ਸਿਰ ਰક્ષਕ ਕੋਟ ਹੱਥ जिस पर नज मस्तक झुका दिया झुक गए उसी पर कोट माथ तुम बोल उठे युग बोल उठा तुम मौन रहे, जग मौन बना, कुछ कर्म तुम्हारे संचित कर, युग कर्म जगा, युग युग धर्म तना, युग परिवर्तक युग संस्थापक युग संचालक हे युगाधार युग निर्माता युग मूर्ति तुम्हे युग युग तक युग का नमस्कार दृढ़ चरण सुदृढ़ करण सुप्त से तुम काल चक्र की चाल रोक नत महाकाल की छाती पर लिखते करुणा के पुण्य श्लोक हे युग दृष्टा हे युग श्रष्टा पढ़ते कैसा ये मोक्ष मंत्र इस राजतंत्र के खंडर में उगता अभिनव भारत सब तंत्र सोनलल द्विवेदी ਨੂੰ ਪਾਰਸ ਸਰਕਾਰ ਨੇ 1970 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ ਅਸੀਂ ਇਸ ਮਹਾਨ ਭਾਰਤੀ ਕਵੀ ਨੂੰ ਨਮਨ ਕਰਦੇ ਹਾਂ ਸੁਤੰਤਰਤਾ ਸੈਨਾਨੀ ਨੌ ਨਿਹਾਲ ਸਿੰਘ ਨੂੰ ਵੀ ਅੱਜ ਅਸੀਂ ਯਾਦ ਕਰ ਰਹੇ ਹਾਂ ਜਿਨ੍ਹਾਂ ਨੂੰ 1857 ਚ ਭਾਰਤੀ ਆਜ਼ਾਦੀ ਸੰਗਰਾਮ ਚ ਹਿੱਸਾ ਲੈਣ ਤੇ ਅੰਡੇਮਾਨ ਦੀਪ ਸਮੂਹ ਭੇਜਿਆ ਗਿਆ ਸੀ ਉਹ ਸ਼ੁਰੂ ਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਬੰਗਾਲ ਸੈਨਾ ਵਿੱਚ ਫੌਜੀ ਸਨ ਪਰ ਜਲਦੀ ਹੀ ਉਹਨਾਂ ਨੇ ਇਹ ਨੌਕਰੀ ਛੱਡ ਦਿੱਤੀ ਅਤੇ ਬਿਹਾਰ ਤੇ ਬੰਗਾਲ ਵਿੱਚ ਵਕਫ ਵਕਫ ਥਾਵਾਂ ਤੇ ਬ੍ਰਿਟਾਨਵੀ ਠਿਕਾਣਿਆਂ ਉੱਪਰ ਹੋਏ ਕਈ ਹਮਲਿਆਂ ਚ ਹਿੱਸਾ ਲਿਆ ਅਜੇ ਹੀ ਖਮਲੇਚੂਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬ੍ਰਿਟਾਨੀ ਅਧਿਕਾਰੀਆਂ ਵਿਰੁੱਧ ਵਿਦਰੋਹ ਦਾ ਇਲਜ਼ਾਮ ਲਗਾਏ ਗਏ ਤੇ ਉਮਰ ਕੈਦੀ ਸਜ਼ਾ ਸੁਣਾਈ ਗਈ 8 ਜੁਲਾਈ 1959 ਨੂੰ ਕਾਲਾ ਪਾਣੀ ਚ ਨਜ਼ਰਬੰਦੀ ਦੌਰਾਨ ਨੌਨੇਹਾਲ ਸਿੰਘ ਦੀ ਮੌਤ ਹੋ ਗਈ ਇਸ ਮਹਾਨ ਸ਼ਹੀਦ ਨੂੰ ਸਾਡਾ ਪ੍ਰਣਾਮ ਅਸੀਂ ਰਾਸ਼ਟਵਾਦੀ ਮਹਾਰਾਣੀ ਔਰੇਨ ਨੂੰ ਮੀਂਹ ਯਾਦ ਕਰਨਿਆ ਉਹਨਾਂ ਨੇ ਤੇਪਾਗਾ ਅੰਦੋਲਨ ਵਿੱਚ ਹਿੱਸਾ ਲਿਆ ਸੀ ਮਾਰਚ 1947 ਨੂੰ ਪੱਛਮੀ ਬੰਗਾਲ ਦੇ ਜਲਪਾਈ ਗੁੜੀ ਚ ਜੋਤੇਦਾਰ ਦੇ ਅਨਪੰਡਾਰ ਉੱਪਰ ਛਾਪੇ ਮਾਰੀ ਦੌਰਾਨ ਪੁਲਿਸ ਦੀ ਗੋਲੀਬਾਰੀ ਚ ਉਹਨਾਂ ਦੀ ਮੌਤ ਹੋ ਗਈ ਸੀ ਅਸੀਂ ਪਰਦੇਸ ਬਹਾਦਰ ਬੇਟੀ ਨੂੰ ਸਲਾਮ ਕਰਦੇ ਹਾਂ ਪਾਰ ਸਰਕਾਰ ਦੇ ਨਵੇਂ ਵਿਭਾਗ ਵੱਲੋਂ ਦੇਸ਼ ਭਰ ਵਿੱਚ 12 ਮਾਰਚ ਨੂੰ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾਵੇਗਾ ਇਹਨਾਂ ਲੋਕ ਅਦਾਲਤਾਂ ਰਾਹੀਂ ਲੋਕਾਂ ਨੂੰ ਸਸਤਾ ਤੇ ਛੇਤੀ ਨਿਆਂ ਮੁਹੱਈਆ ਕਰਵਾਇਆ ਜਾਵੇਗਾ ਫਰੀਦਕੋਟ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਦੇ ਸਕਤਰ ਅਤੇ ਜੁਡੀਸ਼ੀਅਲ ਮੈਜਿਸਟਰੇਟ ਰਾਜਵੰਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਲੋਕ ਅਦਾਲਤਾਂ ਵਿੱਚ ਆਪਣੇ ਮੁਕੱਦਮੇ ਲਿਆਉਣ ਤਾਂ ਜੋ ਉਹਨਾਂ ਨੂੰ ਸਸਤਾ ਤੇ ਛੇਤੀ ਨਿਆਂ ਮਿਲ ਸਕੇ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਹਰ ਵਾਰੀ ਨੈਸ਼ਨਲ ਲੋਕ ਅਦਾਲਤਾਂ ਦਾ ਇੱਕ ਕੈਲੰਡਰ ਜਾਰੀ ਕੀਤਾ ਜਾਂਦਾ ਹੈ ਜਿਸ ਮੁਤਾਬਕ ਇਸ ਸਾਲ ਦੀ ਪਹਿਲੀ ਲੋਕ ਅਦਾਲਤ 12 ਮਾਰਚ ਨੂੰ ਲੱਗ ਰਹੀ ਹੈ ਉਹਨਾਂ ਦੱਸਿਆ ਕਿ ਲੋਕ ਅਦਾਲਤਾਂ ਵਿੱਚ ਸੈਟਲ ਹੋਣ ਵਾਲੇ ਮਾਮਲਿਆਂ ਖਿਲਾਫ ਕਿਸੇ ਵੀ ਅਦਾਲਤ ਵਿੱਚ ਅਪੀਲ ਨਹੀਂ ਕੀਤੀ ਜਾ ਸਕਦੀ ਏ ਇਹਨਾਂ ਲੋਕ ਅਦਾਲਤਾਂ ਵਿੱਚ ਲੈਂਡ ਐਕਿਊਜ਼ੇਸ਼ਨ ਧਾਰਾ 138 ਦੀਆਂ ਸ਼ਿਕਾਇਤਾਂ ਹਾਦਸਿਆਂ ਦਾ ਮੁਆਵਜ਼ਾ ਲੇਬਰ ਝਗੜੇ ਦੇ ਮਾਮਲੇ ਟ੍ਰੈਫਿਕ ਚਲਾਨ ਕੰਪਾਊਂਡੇਬਲ ਮਾਮਲੇ ਅਤੇ ਬਿਜਲੀ ਬੋਰਡ ਵੱਲੋਂ ਦਰਜ ਕਰਾਈਆਂ ਐਫਆਈਆਰ ਆਦਿ ਸ਼ਾਮਲ ਨੇ ਮਹਾ ਸ਼ਿਵਰਾਤਰੀ ਦਾ ਪਰਬ ਅੱਜ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਏ ਜਲੰਧਰ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਿਤ ਮੰਦਰਾਂ ਵਿੱਚ ਤੜਕਸਾਰ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਹੋਇਆ ਏ ਇਹ ਸ਼ਰਧਾਲੂ ਮੰਦਰਾਂ ਵਿੱਚ ਪੂਰੀ ਸ਼ਰਧਾ ਨਾਲ ਨਤਮਸਤਕ ਹੋ ਰਹੇ ਨੇ ਸ਼ਰਧਾਲੂਆਂ ਵੱਲੋਂ ਸ਼ਿਵਲਿੰਗ ਦਾ ਰudra ਅਭਿਸ਼ੇਕ ਅਤੇ ਪੂਜਾ ਕੀਤੀ ਜਾ ਰਹੀ ਏ ਇਸ ਮੌਕੇ ਵੱਖ-ਵੱਖ ਥਾਈ ਲੋਕਾਂ ਵੱਲੋਂ ਲੰਗਰ ਵੀ ਲਗਾਏ ਗਏ ਨੇ ਇੱਕ ਰਿਪੋਰਟ ਮੌਕਾ ਮਹਾਸ਼ਿਵਰਾਤਰੀ ਦਾ ਹੋਵੇ ਤਾਂ ਮੰਦਿਰਾਂ ਵਿੱਚ ਸ਼ਰਧਾਲੂਆਂ ਦਾ ਪਹੁੰਚਣਾ ਲਾਜ਼ਮੀ ਹੈ ਠੀਕ ਅਜੇ ਹਾਈ ਅੱਜ ਮੰਦਿਰਾਂ ਵਿੱਚ ਵੇਖਣ ਨੂੰ ਮਿਲਿਆ ਤੜਕਸਾਰ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਮੰਦਿਰਾਂ ਵਿੱਚ ਲੱਗਣਾ ਸ਼ੁਰੂ ਹੋ ਗਿਆ ਇਹ ਭਗਤ ਪੂਰੀ ਸ਼ਰਦਾ ਨਾਲ ਸ਼ਿਵ ਮੰਦਿਰਾਂ ਵਿੱਚ ਨਤਮਸਤਕ ਹੋਏ ਮੰਦਰ ਸ਼ਿਵ ਪੂਰੇ ਦੇ ਜਾਕਾਰਿਆਂ ਤੇ ਓਮ ਨਮੋ ਸ਼ਿਵਾਏ ਦੇ ਜਾਪ ਨਾ ਗੂੰਜਦੇ ਰਹੇ ਪਾਇਸਤਾਨ ਉਸਤਾਜ ਜੀ ਭਾਈ ਤਸਵਿੰਦਰ ਸਿੰਘ ਔਰ ਪਾਇਓ ਜੀ ਅੱਗੇ ਅੱਗੇ ਕਰ ਲੋ ਅਹਲੇ ਪਾਸੇ ਆਦਿ ਦਾਇਤਾ ਪਾਇਆ ਤੇ ਨਾਇਕ ਪਾਇਆ ਸ਼ਰਧਾਲੂ ਨੇ ਉਰੀ ਸਰਦਾ ਨਾਲ ਸ਼ਿਵਲਿੰਗ ਦਾ ਰੁਦਰ ਅਭਿਸ਼ੇਕ ਕੀਤਾ ਅਤੇ ਗੰਗਾਜਲ ਦੁੱਧ ਬੇਲ ਪਤਰ ਭੰਗ ਦਹੀਂ ਬੇਰ ਫੁੱਲ ਸ਼ਹਿਦ ਕੇਉ ਅਤੇ ਸ਼ੱਕਰ ਅਰਪਿਤ ਕੀਤੇ ਜਲੰਧਰ ਦੇ ਪਾਰਦੇਸ਼ਵਰ ਪੀਠ ਮੰਦਰ ਦੇ ਪੁਜਾਰੀ ਭਗਤੀ ਸਾਗਰ ਮੁਤਾਬਕ ਮਹਾ ਸ਼ਿਵਰਾਤਰੀ ਮੌਕੇ ਭਗਵਾਨ ਸ਼ਿਵ ਦੀ ਪੂਜਾ ਦਾ ਖਾਸ ਮਹੱਤਵ ਹੈ भगवान भोलेनाथ की आराधना करते यात्रा का करते संपूर्ण मंत्रों में भगवान के दर्शन के लिए भगवान शंकर की पूजा के लिए लोग ਕਨੇ ਨੇ ਬੜਾ ਪ੍ਰਭਾਵ ਪੜੀ ਉਤਸ਼ਾਹ ਕੇ ਸਾਥ ਭਗਵਾਨ ਸ਼ੰਕਰ ਇਸ ਦਿਨ ਪ੍ਰਥਨ ਹੋਤੇ ਜੈ ਜਲ ਚੜਾ ਲੋ ਤੈਲ ਪੱਤੀ ਚੜਾ ਵਰਤਾ ਹੈ ਭੰਗ ਚੜਾ ਕੋਈ ਵੀ ਚੀਜ਼ ਵਸਤੂ ਅਗਰ ਉਹਦੇ ਬਾਦ ਵਿੱਚ ਪਰਪੋ ਇਸ ਦਿਨ ਮਾਤਰ ਸ੍ਰੀ ਪੁਸ਼ਪ ਮਾਤਰ ਤ੍ਰਨਾਨੀ ਸੇ ਭਗਵਾਨ ਸ਼ੰਕਰ ਪਰਥਨ ਹੋਤੇ ਮੰਦਿਰਾਂ ਵਿੱਚ ਰਾਤ ਵੇਲੇ ਭਗਵਾਨ ਸ਼ਿਵ ਨੂੰ ਲਈ ਵੱਖ-ਵੱਖ ਪਿਆਰ ਦੀ ਪੂਜਾ ਦੀਆਂ ਤਿਆਰੀਆਂ ਸ਼ਿਵ ਭਗਤਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਮੌਕੇ ਪੰਜਾਬ ਨਾਲ ਲੱਗਦੇ ਹਿਮਾਚਲ ਦੇ ਉਹਨਾ ਜ਼ਿਲ੍ਹੇ ਵਿੱਚ ਸਥਿਤ ਇਤਿਹਾਸਿਕ ਚੰਤਪੁਰੀ ਮੰਦਰ ਵਿੱਚ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੁੱਜੇ ਅਤੇ ਮਾ ਛੇਨਮਾਸਤਕਾ ਮੋਰੇ ਨਤਮਸਤਕ ਹੋਏ ਬਿਊਰੋ ਰਿਪੋਰਟ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਲੰਧਰ ਭਾਰਤੀ ਫੌਜ ਦੀ ਵਜਰਾ ਕੋਰ ਨੇ ਅੱਜ ਜਲੰਧਰ ਵਿੱਚ ਆਪਣੀ 72ਵੀਂ ਵਾਰੀ ਗੰਢ ਮਨਾਈ ਵਜਰਾ ਕੋਰ ਦੀ ਸਥਾਪਨਾ 1 ਮਾਰਚ 1950 ਨੂੰ ਕੀਤੀ ਗਈ ਸੀ ਵਜਰਾ ਕੋਰ ਦੇ ਜਨਰਲ ਆਫੀਸਰ ਕਮਾਂਡਿੰਗ ਲੈਫਟਨੈਂਟ ਜਨਰਲ ਦਵਿੰਦਰ ਸ਼ਰਮਾ ਨੇ ਜਵਾਨਾਂ ਵੱਲੋਂ ਡਿਊਟੀ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲਿਆਂ ਨੂੰ ਵਜਰਾ ਸ਼ੌਰਿਆ ਸਥਲ ਤੇ ਫੁੱਲ ਮਾਲਾਵਾਂ ਚੜਾ ਕੇ ਸ਼ਰਧਾਂਜਲੀ ਭੇਟ ਕੀਤੀ ਪੱਛਮੀ ਖੇਤਰ ਵਿੱਚ ਲੜੀਆਂ ਗਈਆਂ ਵੱਖ-ਵੱਖ ਜੰਗਾਂ ਵਿੱਚ ਵਜਰਾ ਕੋਰ ਨੇ ਪਾਕਿਸਤਾਨ ਵਿਰੁੱਧ ਆਪਣੀ ਵੀਰਤਾ ਦਾ ਪ੍ਰਦਰਸ਼ਨ ਕੀਤਾ ਵਜਰਾ ਕੋਰ ਦੀਆਂ ਵੱਖ-ਵੱਖ ਯੂਨਿਟਾਂ ਨੂੰ ਥੀਏਟਰ ਆਨਰ ਪੰਜਾਬ ਅਤੇ ਬੈਟਲ ਆਨਰਸ ਨਾਲ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਡੋਗਰਾਈ, ਵਰਕੀ, ਅਸਲ ਉੱਤਰ, ਸਹਜੜਾ ਅਤੇ ਡੇਰਾ ਬਾਬਾ ਨਾਨਕ ਸ਼ਾਮਲ ਨੇ ਇਸ ਲਈ ਇਸ ਕੋਰ ਨੂੰ ਡਿਫੈਂਡਰਸ ਆਫ ਪੰਜਾਬ ਵੀ ਕਿਹਾ ਜਾਂਦਾ ਹੈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਜ ਮੌਸਮ ਆਮ ਤੌਰ ਤੇ ਸਾਫ਼ ਰਿਹਾ ਹਾਲਾਂਕਿ ਸਵੇਰ ਵੇਲੇ ਬੱਦਲਵਾਈ बन ਗਈ ਸੀ ਪਰ ਮਗਰੋਂ ਮੌਸਮ ਸਾਫ਼ ਹੋ ਗਿਆ ਮੌਸਮ ਵਿਭਾਗ ਨੇ 2 ਮਾਰਚ ਨੂੰ ਮਾਝਾ ਦੁਆਬਾ ਅਤੇ ਪੂਰਬੀ ਮਾਲਵਾ ਦੇ ਕਈ ਖੇਤਰਾਂ ਵਿੱਚ ਗਰਜ ਚਮਕ ਨਾਲ ਹਲਕਾ ਮੀਂਹ ਪੈਣ ਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਏ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਬੁਲੇਟਨ ਦੇ ਅਖੀਰ ਵਿੱਚ ਚੌਣਵੀਆਂ ਖਬਰਾਂ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਦੌਰਾਨ ਯੂਕਰੇਨ ਸੰਕਟ ਸਮੇਤ ਵੱਖ-ਵੱਖ ਮੁੱਦਿਆਂ ਦੀ ਜਾਣਕਾਰੀ ਦਿੱਤੀ। ਯੂਕਰੇਨ ਤੋਂ ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਜੰਗੀ ਪੱਧਰ ਤੇ ਚਲਾਇਆ ਜਾ ਰਿਹਾ ਏ ਆਪਰੇਸ਼ਨ ਗੰਗਾ 2000 ਦੇ ਕਰੀਬ ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ। ਮਹਾ ਸ਼ਿਵਰਾਤਰੀ ਮੌਕੇ ਮੰਦਰਾਂ ਵਿੱਚ ਤੜਕਸਾਰ ਤੋਂ ਹੀ ਰੌਣਕਾਂ ਸ਼ਰਧਾਲੂ ਕਰ ਰਹੇ ਨੇ ਭਗਵਾਨ ਸ਼ਿਵ ਦੀ ਪੂਜਾ। ਫੌਜ ਦੀ ਵਜਰਾ ਕੋਰ ਨੇ ਆਪਣੀ 72ਵੀਂ ਵਰੇਗੰ ਮੰਨਾਈ ਇਸ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਿਹਾ ਹਾਂ ਤੁਸੀਂ ਵੀ ਜਦੋਂ ਬਾਹਰ ਜਾਓ ਤਾਂ ਮਾਸਕ ਜ਼ਰੂਰ ਲਗਾਓ ਇਜਾਜ਼ਤ ਦਿਓ ਨਮਸਕਾਰ